ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਥਾਂ ਥਾਂ 'ਤੇ ਛਾਪੇਮਾਰੀ ਕਰਕੇ ਲੋਕਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ ਫਟਾਫਟ ਇਹੋ ਸੁਨੇਹਾ ਦੇਣ 'ਚ ਲੱਗੇ ਨੇ ਕਿ ਪੰਜਾਬ ਦੇ ਦਿਨ ਬਦਲਣ ਵਾਲੇ ਨੇ। ਇਹੋ ਕੁਝ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ 'ਚ ਦੇਖਣ ਨੂੰ ਮਿਲਿਆ ਜਦੋਂ ਇੱਕ ਗਰੀਬ ਪਰਿਵਾਰ ਦੀ ਗਰਭਵਤੀ ਔਰਤ ਨੂੰ ਸਰਕਾਰੀ ਡਾਕਟਰਾਂ ਨੇ ਜਵਾਬ ਦੇ ਦਿੱਤਾ। ਬਸ ਫਿਰ ਕੀ ਸੀ, ਹਸਪਤਾਲ 'ਚ ਮੌਜੂਦ ਪਰਿਵਾਰ ਵਾਲਿਆਂ ਨੇ ਮੌਕੇ ਦੇ ਤਾਜ਼ਾ ਬਣੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਫੋਨ ਮਾਰ ਲਿਆ। MLA ਸਾਹਿਬ ਨੂੰ ਫੋਨ ਕਰਨ ਦੀ ਦੇਰ ਸੀ ਕਿ ਮਿੰਟੋ ਮਿੰਟੀ ਕੁਲਦੀਪ ਧਾਲੀਵਾਲ ਹਸਪਤਾਲ ਪਹੁੰਚ ਗਏ ਅਤੇ ਮੌਕੇ 'ਤੇ ਮੌਜੂਦ ਡਾਕਟਰਾਂ ਦੀ ਰੇਲ ਬਣਾ ਦਿੱਤੀ। ਪਹਿਲਾਂ ਤੁਸੀਂ ਹਸਪਤਾਲ 'ਚ ਪਏ ਅਚਾਨਕ ਛਾਪੇ ਦੀ ਇਹ ਵੀਡੀਓ ਦੇਖੋ, ਕਿਵੇਂ ਡਾਕਟਰ ਛਾਪਾ ਪੈਣ ਉਪਰੰਤ ਖੁਦ ਬਿਮਾਰਾਂ ਵਾਲੀ ਸ਼ਕਲ ਬਣਾ ਕੇ ਵਿਧਾਇਕ ਕੁਲਦੀਪ ਧਾਲੀਵਾਲ ਮੂਹਰੇ ਖੜ੍ਹੇ ਨੇ। ਹਸਪਤਾਲ 'ਚ ਗਰੀਬ ਪਰਿਵਾਰ ਦਾ ਇਲਾਜ ਕਰਵਾਉਣ ਉਪਰੰਤ ਵਿਧਾਇਕ ਕੁਲਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਭ ਤੋਂ ਪਹਿਲੇ ਕੰਮ ਹਸਪਤਾਲ ਅਤੇ ਸਕੂਲਾਂ ਨੂੰ ਸਹੀ ਕਰਨਾ ਹੋਏਗਾ। ਨਾਲੇ ਹਸਪਤਾਲ ਦਾ ਜੀ ਬਹੁਤ ਬੁਰਾ ਹਾਲ ਹੈ, ਨਾਲੇ ਦਾ ਵੀ ਇਕੱਲੇ ਸਾਰੇ ਪੰਜਾਬ ਦਾ ਬੜਾ ਬੁਰਾ ਹਾਲ ਹੈ। ਲੋਕ ਵਿਚਾਰੇ ਗਰੀਬ ਕਿੱਥੇ ਜਾਣ, ਇੱਥੇ ਮਰੀਜ਼ ਆਉਂਦੇ ਆ ਉਹਨਾਂ ਨੂੰ ਧੱਕੇ ਮਾਰਦੇ ਆ ਕਿ ਤੁਸੀਂ ਫਲਾਣੇ ਥਾਂ 'ਤੇ ਜਾਓ ਜੀ, ਫਲਾਣੇ ਥਾਂ 'ਤੇ ਜਾਓ ਜੀ। ਬੰਦਾ ਬੜਾ ਔਖਾ ਹੋ ਕੇ ਇੱਥੇ ਪਹੁੰਚਦਾ, ਕੋਈ ਬੰਦਾ ਕਿਤੇ ਹਸਪਤਾਲ 'ਤੇ ਕਚਹਿਰੀਆਂ 'ਤੇ ਕੋਈ ਸੌਖਾ ਥੋੜ੍ਹਾ ਪਹੁੰਚਦਾ, ਦੁਖੀ ਹੋਇਆ ਪਹੁੰਚਦਾ। ਗਾੜੀਓ ਡਾਕਟਰ ਜਿਹੜੇ ਆ ਇਹ ਲੋਕਾਂ ਦਾ ਵਿਚਾਰਿਆਂ ਨਾਲ ਜਿਹੜਾ ਬੜੇ ਗਲਤ ਢੰਗ ਨਾਲ ਪੇਸ਼ ਆਉਂਦੇ, ਇਹਨਾਂ ਨੂੰ ਬੇਨਤੀ ਹੈ, ਮੁਲਾਜ਼ਮ ਨੇ ਇਹਨਾਂ ਨੂੰ ਬੇਨਤੀ ਹੈ ਵੀ ਆਪਣਾ ਵਤੀਰਾ ਜਿਹੜਾ ਚੇਂਜ ਕਰ ਲੈਣ, ਕਿਉਂਕਿ ਸਰਕਾਰ ਚੇਂਜ ਹੋ ਗਈ, ਪੰਜਾਬ ਦੇ ਲੋਕਾਂ ਨੇ ਸਾਰਾ ਸਿਸਟਮ ਚੇਂਜ ਕਰਤਾ, ਸਮਝਦੇ ਕਿ ਨਹੀਂ? ਨਵੇਂ ਸਿਸਟਮ ਦੇ ਅਨੁਸਾਰ ਚੱਲਣਾ ਪਊਗਾ ਸਰ, ਹੁਣ ਅਕਾਲੀ ਕਾਂਗਰਸੀਆਂ ਵਾਲਾ ਸਿਸਟਮ ਨਹੀਂ ਹੈ। ਕਿਸੇ ਵੀ ਮਰੀਜ਼ ਨੂੰ ਨਾਲੇ ਹਸਪਤਾਲ 'ਚ ਸਾਡੇ ਹਲਕੇ ਦਾ ਮੇਨ ਹੋਸਪਿਟਲ ਹੈ, ਕਿਸੇ ਨੂੰ ਵੀ ਜਿਹੜਾ ਇੱਥੋਂ ਧੱਕੇ ਨਹੀਂ ਮਾਰ ਦਿਆਂਗੇ ਭਾਵੇਂ ਜੋ ਮਰਜ਼ੀ। ਇਸ ਕਰਕੇ ਮੈਂ ਆਇਆ ਸੀਗਾ, ਕਿਉਂਕਿ ਇਹਨਾਂ ਦੇ ਜਦੋਂ ਇਹਨਾਂ ਨੂੰ ਦਾਖਲ ਨਹੀਂ ਕਰ ਰਹੇ ਅਤੇ ਮੈਨੂੰ ਇਹਨਾਂ ਨੇ ਕਾਲ ਕੀਤੀ, ਫਿਰ ਮੈਂ SMO ਨੂੰ ਕਾਲ ਕੀਤੀ, ਫਿਰ ਇਹਦਾ ਪ੍ਰਸ਼ਨ ਆ, ਪਹਿਲਾਂ ਬਹਾਨੇ ਮਾਰਦੇ ਸੀ ਜੀ ਆ। ਮੈਂ ਕਿਹਾ ਸਰ ਅਗਲਾ ਹਸਪਤਾਲ ਆਇਆ, ਇਹ ਦੱਸੋ ਵੀ ਕਿੱਥੇ ਜਾਵੇ, ਉਹ ਹਸਪਤਾਲ ਤੋਂ ਬਾਅਦ ਕਿੱਥੇ ਜਾਵੇ? ਤੁਹਾਡੇ ਕੋਲ ਆਇਆ ਗਰੀਬ ਆਦਮੀ, ਤੁਸੀਂ ਇਲਾਜ ਕਰੋ ਇਹਦਾ, ਠੀਕ ਹੈ ਕਿ ਨਹੀਂ ਗੱਲ? ਉਹ ਇਸ ਕਰਕੇ ਮੈਨੂੰ ਮਿਲਣ ਆਇਆ ਸੀਗਾ। ਚਲੋ ਡਾਕਟਰ ਸਾਹਿਬ ਦੀ ਥੈਂਕ ਯੂ ਵੀ ਉਹਨਾਂ ਨੇ ਆਪਰੇਸ਼ਨ ਕਰਕੇ ਬੇਬੀ ਨੇ ਜਨਮ ਲਿਆ, ਤੰਦਰੁਸਤ ਹੋਣ ਦੋਵੇਂ ਮਾਂ ਬਾਪ। ਪਰ ਡਾਕਟਰਾਂ ਨੂੰ ਅਤੇ ਜਿਹੜਾ ਇੱਥੇ ਮੈਡੀਕਲ ਸਟਾਫ ਆ ਸਾਰਿਆਂ ਨੂੰ ਆਪਣਾ ਵਤੀਰਾ ਜਿਹੜਾ ਉਹ ਚੇਂਜ ਕਰਨਾ ਪਊਗਾ, ਆਪਣਾ ਢੰਗ ਤਰੀਕਾ ਚੇਂਜ ਕਰਨਾ ਪਊਗਾ, ਉਹਨਾਂ ਨੂੰ ਗਰੀਬ ਲੋਕਾਂ ਦੀ ਮਦਦ ਕਰਨੀ ਪਊ। ਪਰਸੋਂ ਮਾਨ ਸਾਹਿਬ ਨੇ ਐਜ ਏ CM ਜਿਹੜਾ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲੈਣੀ, ਉਸ ਤੋਂ ਬਾਅਦ ਸਰਕਾਰ ਦਾ ਕੰਮ ਸ਼ੁਰੂ ਹੋ ਜਾਣਾ। ਸਰ ਇਹ ਚੈਕਿੰਗ ਰੈਗੂਲਰ ਚੱਲਦੀ ਰਹੇਗੀ? ਬਿਲਕੁਲ ਜੀ, ਰੈਗੂਲਰ ਚੱਲਦੀ ਰਹੂਗੀ। ਅਸੀਂ ਤੁਹਾਡੇ ਥਰੂ ਵੀ ਉੱਦਾਂ ਵੀ ਇੱਕ ਐਡ ਕਰਾਂਗੇ ਕਿ ਜਿਸ ਬੰਦੇ ਨੂੰ ਵੀ ਕਿਸੇ ਹੈਲਪ ਦੀ ਲੋੜ ਹੈ ਉਹ ਸਾਡੇ ਨਾਲ ਇੱਥੇ ਸੰਪਰਕ ਕਰੇ। ਅਸੀਂ 2-4 ਦਿਨ ਦੇ ਵਿੱਚ ਹੀ ਇੱਥੇ ਬਹੁਤ ਤਕੜਾ ਆਪਣਾ ਦਫ਼ਤਰ ਜਿਹੜਾ ਬਣਾ ਰਹੇ, ਜਿਹਦੇ 'ਚ ਹਰ ਤਰ੍ਹਾਂ ਦਾ ਸਿਸਟਮ ਹੋਊਗਾ, ਸਾਡੇ ਬੰਦੇ ਬੈਠੇ ਹੋਣਗੇ। ਕਿਸੇ ਨੂੰ ਵੀ ਲੋੜ ਪਊਗੀ ਕਿਸੇ ਵੀ ਹੈਲਪ ਦੀ, ਕਿਸੇ ਵੀ ਮਹਿਕਮੇ ਦੇ ਵਿੱਚ ਹਰ ਇੱਕ ਦੀ ਜਿਹੜੀ ਆ ਉਹ ਪੂਰੀ ਹੈਲਪ ਕਰਾਂਗੇ। ਫਿਲਹਾਲ ਵਿਧਾਇਕਾਂ ਦਾ ਐਕਸ਼ਨ ਮੋਡ ਦੇਖਦੇ ਹੋਏ ਇਹੋ ਕਿਹਾ ਜਾ ਸਕਦਾ ਹੈ ਕਿ ਜੇਕਰ ਐਵੇਂ ਹੀ ਵਿਧਾਇਕ ਗਲੀ ਗਲੀ ਹਸਪਤਾਲ ਹਸਪਤਾਲ ਘੁੰਮਦੇ ਰਹਿਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸੱਚੀ ਮੁੱਚੀ ਰੰਗਲਾ ਪੰਜਾਬ ਬਣ ਜਾਏਗਾ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।